अजुनी सैभं गुरप्रसाद अगम गोचर सच साहिब मेरा नानक बोले बोलाया तेरा नानक बोले बोलाया तेरा वाहिगुरु साहिब जी तत्ते तारू भव जल होवा ताका अंत न पाया ना तर ना तुलहा हम बूढ़से तार ले तारण राया तत्ते तारु भव जल होवा ताका अंत न पाया ना तर ना तुलहा हम बूढ़स तार ले तारण राया थत्थे थान थनंतर सोई जाका किया सब होवा क्या परम क्या माया कहिए जो तिस भावे सोई भला थत्थे थान थनंतर सोई जाका किया सब होवा क्या परम क्या माया कहिए जो तिस पावे सोई भला। वाहिगुरु जी का खालसा वाहिगुरु जी की फतेह। निमाणे ते माण निताने दे ताणी उठे दियोट गरीब निवास सतगुरु धन धन श्री गुरु ग्रंथ साहिब सच्चे पातशाह जी दी मेहरामत भरी हजूरी दंद मान रहे गुरमुख प्यारे गुरुसवारे सतसंगी जनों बट भागे पातशाह जी ने अपार बख्शिश रहमत कीती है अपन सपना नू शुभ प्रेरणा उद्दम बख्शिया के गुरदरबार विच पहुंच करके सतगुरु पातशाह जी की बख्शिशा का आनंद माण रहे हाँ। सतगुरु जी का कोटान कोट रोम रोम शुकराना है। आओ सत संगत जी आप जी रोज प्यार भावना अदब नाल जुड़ के अमृत वेले दे दीवान विच गुरशब्द विचार दा लाहा प्राप्त करदे हो। सतगुरु जी दी रहमत सदका पावन अमृतमई बाणी धन गुरु नानक देव पातशाह जी दी रब्बी बख्शिश पट्टी लिखी पट्टी दे अर्थ फट्टी तख्ती जिसनों कह देने अज दी भाषा विच बोर्ड कहने आ। धन गुरु नानक देव पातशाह जी ने 7 साल दी उम्रे
ਜਿਹੜਾ ਅਧਿਆਤਮਿਕ ਗਿਆਨ ਇਕੱਲਾ ਗੋਪਾਲ ਪਾਂਧੇ ਨੂੰ ਨਹੀਂ ਰਹਿੰਦੀ ਦੁਨੀਆ ਤੱਕ, ਜਦੋਂ ਵੀ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹੇਗਾ ਵਿਚਾਰੇਗਾ, ਇਹ ਬਖਸ਼ਿਸ਼ ਉਹਦੇ ਲਈ ਮਾਰਗਦਰਸ਼ਕ ਬਣ ਕੇ ਉਹਦੇ ਜੀਵਨ ਦੇ ਵਿੱਚ ਭਟਕਣਾਵਾਂ ਨੂੰ ਦੂਰ ਕਰਕੇ ਜੀਵਨ ਨੂੰ ਸਹੀ ਮਾਰਗ ਦਾ ਪਾਂਧੀ ਬਣਾਉਣ ਦੇ ਵਿੱਚ ਸਹਾਇਕ ਹੋਵੇਗੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਬਾਣੀ ਗੋਪਾਲ ਪਾਂਧੇ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਸਤਿਗੁਰੂ ਦੀ ਬਾਣੀ ਸਰਬ ਸਾਂਝੀ ਹੈ, ਸਾਰਿਆਂ ਦੇ ਲਈ ਉਪਦੇਸ਼ ਹੈ। ਹੁਣ ਜੇ ਸਿੱਧੀ ਜੀ ਭਾਸ਼ਾ ਵਿੱਚ ਆਪਾਂ ਵਿਚਾਰਨ ਦਾ ਯਤਨ ਵੀ ਕਰੀਏ, ਗੋਪਾਲ ਕੋਈ ਸਿੱਖ ਨਹੀਂ ਹੈ, ਪਾਂਧਾ ਹੈ, ਟੀਚਰ ਹੈ, ਉਹਦਾ ਤਾਂ ਸਿੱਖੀ ਦੇ ਨਾਲ ਖੱਲੇ ਨੇੜੇ ਤੇੜੇ ਦਾ ਵੀ ਸੰਬੰਧ ਨਹੀਂ ਹੈ। ਪਰ ਹਰ ਇੱਕ ਮਨੁੱਖ ਮਾਤਰ ਨੂੰ ਇਹ ਗਿਆਨ ਹੋਣਾ ਅਤ ਜ਼ਰੂਰੀ ਹੈ ਕਿ ਭਾਈ ਰੱਬ ਪਰਮਾਤਮਾ ਇਕੱਲਾ ਕਿਸ ਵਿਸ਼ੇਸ਼ ਥਾਂ 'ਤੇ ਨਹੀਂ, ਉਹ ਹਰ ਇੱਕ ਦੇ ਅੰਦਰ ਹੈ। ਅਤੇ ਜਿਸ ਦਿਨ ਇਹ ਸਮਝ ਪੈ ਜਾਵੇ ਕਿ ਸਮਝ ਲੈਣਾ ਆਪਾਂ ਰੱਬ ਤੱਕ ਪਹੁੰਚ ਗਏ, ਇਹੀ ਹੈ ਰੱਬ ਤੱਕ ਪਹੁੰਚਣਾ। ਮਤਾਂ ਕੋਈ ਸੋਚ ਲਵੇ ਮਰ ਕੇ ਬਾਅਦ ਰੱਬ ਦੇ ਘਰੇ ਜਾਣਾ, ਨਹੀਂ, ਆਪਾਂ ਤਾਂ ਰੱਬ ਦੇ ਘਰੇ ਬੈਠੇ ਹਾਂ। ਸਾਡੀ ਮਤ ਕਰਕੇ ਜਾਂ ਸਾਡੀ ਮੈਂ ਕਰਕੇ ਨਾ ਉਹ ਮਿਲਾਪ ਨਹੀਂ ਹੋ ਪਾ ਰਿਹਾ ਹੈ। ਜਿੱਦਾਂ ਕਹਿ ਦੇਵਾਂ ਘਰ ਹੁੰਦੇ ਹਾਂ ਰਤਨ ਪਦਾਰਥ ਭੁੱਖੇ, ਘਰ ਦੇ ਵਿੱਚ ਸਭ ਕੁਝ ਪਿਆ ਹੈ, ਇਨਸਾਨ ਫਿਰ ਵੀ ਭੁੱਖਾ ਬੈਠੇ, ਪੁੱਛੀਏ ਕਿਉਂ? ਕਹਿੰਦੇ ਮੈਂ ਰਹਿੰਦਾ ਤੇ ਘਰ ਦੇ ਵਿੱਚ ਹਾਂ, ਪਰ ਮੈਨੂੰ ਨਹੀਂ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ। ਘਰ ਦੇ ਵਿੱਚ ਬੈਠਿਆ, ਘਰ ਦੇ ਵਿੱਚ ਸਭ ਕੁਝ ਹੈ, ਫਿਰ ਵੀ ਭੁੱਖਾ ਹੈ। ਤੇ ਜੇ ਉਹ ਆਖੇ ਨਾ ਕਿ ਜੀ ਮੈਨੂੰ ਕੁਝ ਨਹੀਂ ਪਤਾ, ਫਿਰ ਯਤਨ ਕਰਨਾ ਚਾਹੀਦਾ ਕਿ ਉਹ ਲੱਭੇ। ਜਿਸ ਨੂੰ ਭੁੱਖ ਹੋਵੇ ਨਾ ਜੀ ਉਹ ਲੱਭ ਲੈਂਦਾ ਹੈ, ਜਿਸ ਨੂੰ ਪਿਆਸ ਹੋਵੇ ਉਹ ਪਾਣੀ ਵੀ ਲੱਭ ਲੈਂਦਾ ਹੈ, ਜਿਸ ਨੂੰ ਭੁੱਖ ਹੋਵੇ ਉਹ ਪ੍ਰਸ਼ਾਦਾ ਕਿੱਥੋਂ ਨਾ ਕਿੱਥੋਂ ਲੱਭ ਲੈਂਦਾ ਹੈ। ਅਸਲ ਦੇ ਵਿੱਚ ਗੱਲ ਹੀ ਇਹ ਹੈ, ਸੰਗਤ ਵਿੱਚ ਅਸੀਂ ਇਸ ਕਰਕੇ ਆਉਂਦੇ ਹਾਂ ਸਾਡੇ ਅੰਦਰ ਭੁੱਖ ਪੈਦਾ ਹੋਵੇ। ਜਿਸ ਦਿਨ ਭੁੱਖ ਪੈਦਾ ਹੋਵੇਗੀ, ਭੁੱਖਾ ਬੰਦਾ ਦੌੜਦਾ ਹੈ, ਭੱਜਦਾ ਹੈ, ਫਿਰ ਭੋਜਨ ਦੀ ਖੋਜ ਕਰ ਲੈਂਦਾ ਹੈ। ਪਰਮਾਤਮਾ ਦੇ ਨਾਮ ਦੀ ਭੁੱਖ ਜਿਹੜੀ ਹੈ ਨਾ, ਸੰਸਾਰ ਦੀ ਭੁੱਖ ਲਈ ਸ਼ਾਇਦ ਤੁਹਾਨੂੰ ਦੁੱਖ ਭੋਗਣਾ ਪਵੇ, ਪਰੇਸ਼ਾਨੀ ਵਿੱਚ ਪੈਣਾ ਪਵੇ, ਪਰ ਪਰਮਾਤਮਾ ਦੇ ਨਾਮ ਦੀ ਭੁੱਖ ਇਹ ਕੁਝ ਹੀ। ਸਤਿਗੁਰੂ ਕਹਿੰਦੇ ਸਾਚੇ ਨਾਮ ਕੀ ਲਾਗੇ ਭੁੱਖ, ਉਥ ਭੁੱਖ ਹੈ ਖਾਏ ਚਲੀਏ ਦੁੱਖ। ਇਸ ਭੁੱਖ ਦੇ ਨਾਲ ਕਹਿੰਦੇ ਤੇਰੇ ਦੁੱਖ ਘਟੇ ਜਾਣਗੇ। ਸੰਸਾਰ ਦੀ ਭੁੱਖ ਤੇਰੇ ਲਈ ਦੁੱਖ ਹੋਵੇਗੀ, ਨਿਰੰਕਾਰ ਦੇ ਨਾਮ ਦੀ ਭੁੱਖ ਤੇਰੇ ਲਈ ਸੁੱਖ ਹੈ। ਸਤਿਗੁਰੂ ਪਾਤਸ਼ਾਹ ਜੀ ਆਓ ਅੱਜ ਦੇ ਇਹਨਾਂ ਪਾਵਨ ਪਵਿੱਤਰ ਅੱਖਰਾਂ ਦੇ ਰਾਹੀਂ ਕੀ ਸਮਝਾ ਰਹੇ ਨੇ। ਅਸਲ ਦੇ ਵਿੱਚ ਇਹ ਵਰਣਮਾਲਾ ਦੇ ਅਕਸਰ ਨੇ ਜਿਨ੍ਹਾਂ ਨੂੰ ਆਪਾਂ ਨਿੱਤ ਦੀ ਭਾਸ਼ਾ ਦੇ ਵਿੱਚ ਬੋਲਦੇ ਹਾਂ। ਉਹਨਾਂ ਅੱਖਰਾਂ ਦੇ ਰਾਹੀਂ ਪਾਂਧੇ ਨੂੰ ਸੱਚ ਦਾ ਉਪਦੇਸ਼ ਦੇ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਇਹ ਪਾਵਨ ਪਵਿੱਤਰ ਬਚਨ ਆਸਾ ਰਾਗ ਵਿੱਚ ਪੱਟੀ ਲਿਖੀ ਦੇ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 433 ਦੇ ਉੱਤੇ ਸੁਭਾਏਮਾਨ ਨੇ ਆਓ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜ ਮਿਲ ਬੈਠੇ ਹੋ, ਘਰਾਂ ਵਿੱਚ ਵਿਦੇਸ਼ਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਸਤਿਗੁਰੂ ਸਭਨਾਂ ਦੀ ਹਾਜ਼ਰੀ ਦਰ ਪ੍ਰਮਾਣ ਕਰਨ, ਆਪਣੇ ਦਰ ਦੀਆਂ ਬਖਸ਼ਿਸ਼ਾਂ ਕਰਕੇ ਨਿਵਾਜਣ, ਆਓ ਜਪਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਤੱਤੇ ਤਾਰੂ ਭਵਜਲ ਹੋਵਾ। ਤੱਤਾ ਅੱਖਰ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ। ਤਾਰੂ ਦੇ ਅਰਥ ਸਤ ਸੰਗਤ, ਬੇੜੀ ਵੀ ਕਹਿ ਸਕਦੇ ਹਾਂ, ਜਹਾਜ਼ ਵੀ ਕਹਿ ਸਕਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਦ ਜਹਾਜ਼ ਹੋਂਦ ਵਿੱਚ ਨਹੀਂ ਆਏ ਸੀ,
ਕੁਝ ਲੱਕੜਾਂ ਨੂੰ ਕੱਟ ਕੇ ਤੇ ਉਹਨਾਂ ਨੂੰ ਵੀ ਪਾਣੀ ਉੱਤੇ ਸੁੱਟ ਕੇ ਤੇ ਉਹਨਾਂ ਦਾ ਬਣਾ ਕੇ ਨਾ ਇੱਕ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਚਾਦਰ ਵਿਛਾ ਲੈਂਦੇ ਹਾਂ, ਇਸ ਟੈਪ ਦਾ ਬਣਾ ਕੇ ਉਹ ਪਾਣੀ ਦੇ ਉੱਤੋਂ ਦੀ ਲੰਘ ਜਾਇਆ ਕਰਦੇ ਸਨ। ਉਹ ਸੁਭਾਅ ਹੈ ਪਾਣੀ ਦਾ ਕਿ ਉਹ ਲੱਕੜ ਨੂੰ ਨਹੀਂ ਡੋਬਦਾ। ਪੁੱਛੀਏ ਕਿਉਂ ਨਹੀਂ ਡੋਬਦਾ? ਧਿਆਨ ਦੇਣਾ, ਜਿਸਨੇ ਪਾਲਿਆ ਹੋਵੇ ਉਹ ਡੋਬਦਾ ਕਦੇ ਨਹੀਂ ਗਿਆ, ਜਿਸਨੇ ਪਾਲਿਆ ਹੋਵੇ ਉਹ ਡੋਬਦਾ ਕਦੇ ਨਹੀਂ ਗਿਆ। ਇਹ ਗੱਲ ਜੇ ਪਾਣੀ ਨੂੰ ਪਤਾ ਹੈ ਨਾ, ਇਹ ਗੱਲ ਸਾਨੂੰ ਵੀ ਪਤਾ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਨੇ ਸਾਨੂੰ ਪਾਲਿਆ ਹੈ, ਪਰਮਾਤਮਾ ਨੇ ਸਾਨੂੰ ਜਨਮ ਦਿੱਤਾ, ਉਹ ਸਾਨੂੰ ਡੋਬੇਗਾ ਨਹੀਂ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ। ਇਹ ਤਾਂ ਥੋੜ੍ਹਾ ਜਿਹਾ ਵਿੱਚ ਅਰਥ ਕਰ ਦਿੱਤੇ। ਪਾਣੀ ਨੂੰ ਪੁੱਛੀ ਤੇ ਉਹ ਕਹਿੰਦੇ ਪਾਣੀ ਕਾਠ ਨਾ ਡੋਬੇ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪਾਣੀ ਕਾਠ ਨਾ ਡੋਬੇ ਪਾਲੇ ਦੀ ਲੱਜੇ। ਉਹਨੇ ਜਿਹੜਾ ਪਾਲਿਆ ਹੈ ਨਾ ਲੱਕੜ ਨੂੰ, ਦਰਖਤ ਨੂੰ, ਉਹ ਕਹਿੰਦਾ ਮੈਨੂੰ ਵੀ ਤੇ ਫਿਰ ਇਹਦੀ ਲਾਜ ਰੱਖਣੀ ਪੈਣੀ ਹੈ ਨਾ, ਮੈਨੂੰ ਪਾਲਿਆ ਹੈ, ਮੈਨੂੰ ਸਿੰਜਿਆ ਹੈ, ਤੇ ਮੈਨੂੰ ਕਿਵੇਂ ਡੋਬ ਦਵਾਂ? ਤੇ ਇੱਕ ਲੱਕੜ ਇਹੋ ਜਿਹੀ ਵੀ ਹੈ ਜਿਸ ਨੂੰ ਪਾਣੀ ਡੋਬ ਵੀ ਦਿੰਦਾ ਹੈ, ਉਹ ਲੱਕੜ ਹੈ ਚੰਦਨ। ਚੰਦਨ ਦਾ ਮੁੱਲ ਮਾਰਕੀਟ ਵਿੱਚ, ਬਾਜ਼ਾਰ ਵਿੱਚ ਪੈਂਦਾ ਹੀ ਤਾਂ ਹੈ, ਚੈੱਕ ਕਰਨ ਵਾਲੇ ਉਹਨੂੰ ਪਾਣੀ ਵਿੱਚ ਸੁੱਟ ਕੇ ਵੇਖਦੇ ਨੇ, ਜੇ ਤੇ ਅਸਲੀ ਚੰਦਨ ਹੁੰਦਾ ਉਹ ਡੁੱਬ ਜਾਂਦਾ ਹੈ, ਨਕਲੀ ਉੱਤੇ ਤਿਰ ਜਾਂਦਾ ਹੈ। ਪਾਣੀ ਨੂੰ ਪੁੱਛੀਏ ਅੱਜ ਕਿਉਂ ਡੋਬਿਆ? ਕਹਿੰਦੇ ਅਸਲ ਵਿੱਚ ਡੋਬਿਆ ਨਹੀਂ, ਮੈਂ ਤੈਨੂੰ ਤਾਰਿਆ, ਜੇ ਅੱਜ ਇਹ ਨਾ ਡੁੱਬਦਾ ਇਹਦਾ ਮੁੱਲ ਨਹੀਂ ਪੈਣਾ ਸੀ, ਇਹਨੂੰ ਬਾਹਰ ਸੁੱਟ ਦੇਣਾ ਸੀਗਾ। ਪਾਣੀ ਉੱਥੇ ਕਹਿੰਦਾ ਮੈਂ ਅੱਜ ਭਾਵੇਂ ਆਪਣੀ ਬੇਇੱਜ਼ਤੀ ਕਰਵਾ ਰਿਹਾ ਹਾਂ, ਅੱਜ ਮੇਰੇ ਉੱਤੇ ਲੋਕੀ ਉਂਗਲਾਂ ਚੁੱਕਣਗੇ। ਕੀ ਚੁੱਕਣਗੇ? ਕਿ ਜੀ ਹਮੇਸ਼ਾ ਤਾਰਨ ਵਾਲਾ ਅੱਜ ਡੋਬ ਕਿਉਂ ਰਿਹਾ? ਪਰ ਦੁਨੀਆਂ ਨੂੰ ਨਹੀਂ ਪਤਾ, ਜਦੋਂ ਤੱਕ ਡੁੱਬੇਗਾ ਨਹੀਂ ਉਦੋਂ ਤੱਕ ਚੰਦਨ ਦਾ ਮੁੱਲ ਨਹੀਂ ਪੈਣਾ, ਉਦੋਂ ਤੱਕ ਨਹੀਂ ਪੈਣਾ। ਤੁਹਾਡੇ ਘਰ ਦੇ ਬਾਹਰ ਵੀ ਆਮ ਜੀ ਲੱਕੜ ਪਈ ਹੁੰਦੀ ਹੈ, ਕਦੇ ਤੁਸੀਂ ਘਰ ਦੇ ਵਿੱਚ ਨਹੀਂ ਰੱਖਦੇ। ਉਹ ਲੱਕੜ ਨੂੰ ਕੋਈ ਕਾਰੀਗਰ ਚੰਗੀ ਤਰ੍ਹਾਂ ਸਵਾਰ ਕੇ, ਸ਼ਿੰਗਾਰ ਕੇ ਉਹਦੀ ਕੋਈ ਚੀਜ਼ ਬਣਾ ਦੇਵੇ ਨਾ, 50,000 ਦੇ 100 ਕਿਸ ਵਿੱਚ ਆਪਾਂ ਸਜਾ ਕੇ ਰੱਖਦੇ, ਕਿਉਂ ਘੜ ਦਿੱਤਾ ਉਹਨੇ? ਇਸੇ ਤਰ੍ਹਾਂ ਸਤਿਗੁਰੂ ਵੀ ਘੜ ਦਿੰਦੇ ਨੇ ਸਿੱਖ ਦਾ ਜੀਵਨ, ਜਿਸ ਨੂੰ ਕੋਈ ਨਹੀਂ ਪੁੱਛਦਾ ਸੀ, ਜਦੋਂ ਗੁਰੂ ਉਹਨੂੰ ਘੜਦਾ ਫਿਰ ਦੁਨੀਆਂ ਉਹਨੂੰ ਚੁੱਕਦੀ ਹੈ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੱਤੇ ਅੱਖਰ ਦੇ ਰਾਹੀਂ ਆਪਣੇ ਟੀਚਰ ਅਧਿਆਪਕ ਹੈ ਉਹਨਾਂ ਦਾ ਗੋਪਾਲ ਪਾਂਧਾ, 3 ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਨੇ ਪੜ੍ਹਾਇਆ, ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਂਧੇ ਨੂੰ ਪੜ੍ਹਾ ਰਹੇ ਨੇ। ਤੇ ਪੜ੍ਹਾਈ ਵੇਖੋ ਕਿਹੋ ਜੀ ਹੈ, ਪੜ੍ਹਾਈ ਸੰਸਾਰਿਕ ਨਹੀਂ ਹੈ, ਅਧਿਆਤਮਿਕ ਪੜ੍ਹਾਈ ਹੈ। ਇਹ ਪੜ੍ਹਾਈ ਪੜ੍ਹ ਕੇ ਤੇ ਇਨਸਾਨ ਭੁੱਲ ਜਾਂਦਾ ਹੈ, ਗਲਤੀ ਕਰਦਾ ਹੈ ਸੰਸਾਰੀ ਪੜ੍ਹਾਈ ਕਰਕੇ। ਆ ਵੱਡੇ ਵੱਡੀਆਂ ਪੜ੍ਹਾਈਆਂ ਕਰਨ ਵਾਲੇ ਇੰਜੀਨੀਅਰ ਕੀ ਹੋਰ ਕੀ, ਕਈ ਵਾਰੀ ਪੈਸਿਆਂ ਦੇ ਚੱਕਰ ਵਿੱਚ ਬਹੁਤ ਵੱਡੀਆਂ ਵੱਡੀਆਂ ਗੜਬੜਾਂ ਕਰ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਪੜ੍ਹਾਈ ਪੜ੍ਹਾਉਣ ਲੱਗੇ ਨਾ, ਉਹ ਪੜ੍ਹਾਈ ਨੂੰ ਪੜ੍ਹ ਕੇ ਦੁਨੀਆ ਵੀ, ਪੜ੍ਹਾਈ ਪੜ੍ਹਨ ਵਾਲਾ ਵੀ ਸਹੀ ਰਾਹ 'ਤੇ ਪੈ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ, ਤੱਤੇ ਤਾਰੂ ਭਵਜਲ ਹੋਵਾ। ਤਾਰੂ ਦੇ ਅਰਥ ਬੇੜੀ, ਜਹਾਜ਼ ਕਹਿ ਸਕਦੇ ਹਾਂ, ਭਵਜਲ ਹੋਵਾ। ਆ ਭਵਜਲ ਹੈ ਕੀ? ਬਹੁਤਾਤ ਨਾ ਇਹ ਸੰਸਾਰ ਲਈ ਵਰਤਿਆ ਜਾਂਦਾ ਹੈ, ਪਰ ਆਪਾਂ ਤਾਂ ਸੜਕ ਉੱਤੇ ਘੁੰਮਦੇ ਹਾਂ। ਭਵਜਲ ਅਸਲ ਦੇ ਵਿੱਚ ਕਈ ਸੰਸਾਰ ਨੂੰ ਸਮੁੰਦਰ ਵੀ ਕਹਿੰਦੇ ਨੇ। ਪੜ੍ਹਦੇ ਨਾ ਆਪਾਂ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਸੰਸਾਰ ਸਮੁੰਦੇ ਤਾਰ ਗੋਬਿੰਦੇ ਦੇ ਅਰਥ ਇਹ ਨੇ, ਆਮ ਨਦੀ ਹੋਵੇ ਨਾ ਬੰਦਾ ਲੰਘ ਲੁੰਘ ਜਾਂਦਾ, ਜੇ ਕਿਸੇ ਬੰਦੇ ਨੂੰ ਸਮੁੰਦਰ ਦੇ ਵਿੱਚ ਸੁੱਟ ਦਈਏ ਉਹਦੇ ਲਈ ਬਹੁਤ ਔਖਾ ਹੈ, ਕਿਉਂ ਗਹਿਰਾ ਹੈ ਇੱਕ ਤੇ ਬਹੁਤ ਜ਼ਿਆਦਾ, ਦੂਜੀ ਗੱਲ ਉਹਦਾ ਜਿਹੜਾ ਆਕਾਰ ਹੈ ਨਾ ਉਹ ਅਸੀਮ ਹੈ, ਉਹ ਸੀਮਤ ਨਹੀਂ ਹੈ, ਉਹ ਅਸੀਮ ਹੈ। ਬਹੁਤ ਵੱਡੇ ਆਕਾਰ ਦੇ ਵਿੱਚ ਸਮੁੰਦਰ ਹੈ ਤੇ ਉਹ ਸੀਮਤ ਨਹੀਂ ਹੈ, ਅਸੀਮ ਹੈ। ਇਸ ਕਰਕੇ ਫਿਰ ਬਚਨ ਵਰਤਿਆ ਗਿਆ ਸਮੁੰਦਰ, ਆਹ ਜਿਹੜਾ ਭਵਜਲ ਹੈ। ਤੇ ਫਿਰ ਆਹ ਕੀ ਹੋਇਆ? ਭਾਵ ਦੇ ਅਰਥ ਸਾਡੀਆਂ ਭਾਵਨਾਵਾਂ, ਜਲ ਦੇ ਅਰਥ ਜਿਹੜੀਆਂ ਜਲ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ। ਸਮੁੰਦਰ ਤੇ ਸ਼ਾਇਦ 1-2 ਮਿੰਟ ਲਈ ਸ਼ਾਂਤ ਹੋ ਜਾਂਦਾ ਹੋਵੇਗਾ,
ਪਰ ਸਤਸੰਗ ਤੇ ਇਨਸਾਨ ਦੇ ਅੰਦਰ ਭਾਵਨਾਵਾਂ ਦੇ ਜਿਹੜੀਆਂ ਲਹਿਰਾਂ ਉੱਠ ਰਹੀਆਂ ਨੇ ਨਾ, ਇਹਨਾਂ ਦੇ ਵਿੱਚ ਸ਼ਾਂਤੀ ਨਹੀਂ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਸਮੁੰਦਰ ਵਿੱਚ ਡੁੱਬਦਾ ਹੈ ਨਾ ਬੰਦਾ, ਉੱਥੇ ਵੀ ਬਚਣਾ ਹੈ ਤੇ ਔਖਾ, ਪਰ ਸ਼ਾਇਦ ਕੋਈ ਉੱਥੇ ਬੋਟ ਲੈ ਕੇ ਜਹਾਜ਼ ਲੈ ਕੇ ਆ ਜਾਵੇ, ਡੁੱਬਦੇ ਨੂੰ ਬਚਾ ਲਵੇ। ਸਤਿਗੁਰੂ ਆਖਦੇ ਜਿਹੜਾ ਭਾਵਨਾਵਾਂ ਦੇ ਵਿੱਚ ਰੋਜ਼ ਡੁੱਬਦਾ ਨਾ, ਉਹਨੂੰ ਬਚਾਉਣਾ ਬਹੁਤ ਔਖਾ ਹੈ, ਉਹਨੂੰ ਬਚਾਉਣਾ ਬਹੁਤ ਔਖਾ ਹੈ। ਸਵੇਰੇ ਹੀ ਸ਼ੁਰੂ ਹੋ ਜਾਂਦੀਆਂ ਨੇ ਇਹ ਲਹਿਰਾਂ ਉੱਠਣੀਆਂ। ਦਾਤਾ ਜੀ ਨੇ ਬਾਣੀ ਵਿੱਚ ਕਿਹਾ ਵੀ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਮੈਂ ਸਵੇਰੇ ਉੱਠਦਾ ਨਾ, ਮੇਰੇ ਅੰਦਰ ਇੱਕ ਕੁੱਤਾ ਭੌਂਕਦਾ, ਨਾਲੇ ਦੋ ਕੁੱਤੀਆਂ ਭੌਂਕਦੀਆਂ ਨੇ। ਉਹ ਕਹਿੰਦੇ ਤੇਰੇ ਘਰ ਵਿੱਚ? ਕਹਿੰਦੇ ਨਹੀਂ, ਮੇਰੇ ਘਰ ਵਿੱਚ ਨਹੀਂ, ਵਿਹੜੇ ਵਿੱਚ ਨਹੀਂ, ਗਲੀ ਵਿੱਚ। ਕਹਿੰਦੇ ਨਹੀਂ ਰੱਬ ਜੀ, ਮੇਰੇ ਅੰਦਰ ਭੌਂਕਦੀਆਂ ਨੇ, ਦੋ ਕੁੱਤੀਆਂ ਤੇ ਇੱਕ ਕੁੱਤਾ ਭੌਂਕਦਾ। ਪੁੱਛੀਏ ਤੇ ਸਹੀ, ਕਿਹੜਾ ਕੁੱਤਾ ਤੇ ਕਿਹੜੀਆਂ ਕੁੱਤੀਆਂ? ਕੁੱਤੇ ਦੇ ਲਈ ਜਿਹੜੀ ਬਾਣੀ ਵਿੱਚ ਉਦਾਹਰਣਾਂ ਵਰਤੀਆਂ ਗਈਆਂ, ਇਮਾਨਦਾਰੀ ਵੀ ਵਰਤੀ ਗਈ ਹੈ, ਪਰ ਉਹਦਾ ਇੱਕ ਭੈੜਾ ਸੁਭਾਅ ਵੀ ਹੈ, ਲੋਭੀ ਬਹੁਤ ਹੈ, ਰੱਜਣ ਤੋਂ ਬਾਅਦ ਵੀ ਮੂੰਹ ਮਾਰਦਾ ਹੈ, ਦੂਜੇ ਨੂੰ ਖਾਂਦੇ ਹੋਏ ਵੇਖ ਕੇ ਉਹ ਚੰਗਾ ਨਹੀਂ ਮੰਨਦਾ। ਚਲੋ ਬੰਦੇ ਨੇ ਸਿਖਾ ਦਿੱਤਾ ਹੋਵੇ ਫਿਰ ਗੱਲ ਵੱਖਰੀ ਹੈ, ਉਹ ਵੱਖਰਾ ਵਿਸ਼ਾ ਹੋ ਜਾਏਗਾ। ਸਤਿਗੁਰੂ ਆਖਦੇ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਹੇ ਰੱਬ ਜੀ, ਇੱਕ ਕੁੱਤਾ ਭੌਂਕਦਾ ਤੇ ਦੋ ਕੁੱਤੀਆਂ ਕਿਹੜੀਆਂ? ਫਿਰ ਅੱਗੇ ਕਹਿੰਦੇ ਨੇ ਲੋਭ ਰੂਪੀ ਕੁੱਤਾ ਭੌਂਕਦਾ, ਆਸਾ ਤੇ ਤ੍ਰਿਸ਼ਨਾ ਨਾਲੇ ਦੋ ਕੁੱਤੀਆਂ ਭੌਂਕਦੀਆਂ ਨੇ ਮੇਰੇ ਅੰਦਰੋਂ। ਸਵੇਰੇ ਲੋਭ ਦਾ ਕੁੱਤਾ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰੀ ਤੇ ਇਹੋ ਜਿਹਾ ਹੁੰਦਾ ਮੈਨੂੰ ਖਿਮਾ ਕਰਨਾ, ਚਲੋ ਸੁਭਾਅ ਹੁੰਦਾ ਪਰ ਠੀਕ ਨਹੀਂ ਕਹਿ, ਹਲੇ ਮੰਜੇ ਤੇ ਹੀ ਪਏ ਹੁੰਦੇ ਆ, ਅੰਦਰੋਂ ਲੋਭ ਆਵਾਜ਼ਾਂ ਮਾਰਨ ਲੱਗ ਜਾਂਦਾ, ਅੱਜ ਇਹ ਕਰਾਂਗਾ, ਅੱਜ ਇਹ ਖਾਵਾਂਗਾ, ਅੱਜ ਉਹਦੇ ਕੋਲੋਂ ਪੈਸੇ ਲੈਣੇ, ਅੱਜ ਉੱਧਰ ਜਾਣਾ। ਚਾਹੀਦਾ ਕੀ ਸੀ ਕਿ ਸਵੇਰੇ ਉੱਠਦਿਆਂ ਹੀ ਸਾਰ ਹੱਥ ਜੋੜ ਕੇ ਕਹਿੰਦਾ ਦਾਤਿਆ ਤੇਰੀ ਕਿਰਪਾ ਨਾਲ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਤੇਰੀ ਯਾਦ ਵਿੱਚ ਤੇਰੇ ਸਿਮਰਨ ਵਿੱਚ ਦਿਨ ਚੜ੍ਹਿਆ, ਕਿਰਪਾ ਕਰਕੇ ਆਪਣਾ ਸਿਮਰਨ ਤੇ ਆਪਣੀ ਯਾਦ ਬਖਸ਼ਿਸ਼ ਕਰੇ। ਤੇ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਹੈ, ਸਿਮਰਨ ਹੈ, ਉਹ ਆਨੰਦ ਦੇ ਵਿੱਚ ਰਹੇਗਾ। ਜਿਹੜਾ ਸਵੇਰੇ ਰੱਬ ਅੱਗੇ ਮੰਗਤਾ ਬਣ ਜਾਂਦਾ ਹੈ ਨਾ, ਪਰਮਾਤਮਾ ਅੱਗੇ ਮੰਗਤਾ ਬਣ ਕੇ ਨਾਮ ਮੰਗਦਾ, ਉਹਦਾ ਪੂਰਾ ਦਿਨ ਬਾਦਸ਼ਾਹ ਵਰਗਾ ਨਿਕਲਦਾ। ਜਿਹੜਾ ਸਵੇਰੇ ਲੋਭ ਅੱਗੇ ਆਲਸ ਅੱਗੇ ਮੰਗਤਾ ਬਣ ਜਾਏਗਾ ਤੇ ਉਹਦਾ ਆਪਣਾ ਹਿਸਾਬ ਉਹ ਆਪ ਲਾ ਲਵੇ ਕਿ ਕੁਝ ਆ। ਆਪਾਂ ਕਈ ਵਾਰੀ ਕਹਿੰਦੇ ਨਾ ਅੱਜ ਇਹਨੇ ਸਵੇਰੇ ਹੀ ਮੂਡ ਖਰਾਬ ਕਰ ਦਿੱਤਾ, ਜਿਹਦੀ ਸ਼ੁਰੂਆਤ ਹੀ ਗਲਤ ਹੋਈ ਉਹਦਾ ਐਂਡ ਕਿਵੇਂ ਠੀਕ ਹੋ ਜਾਏਗਾ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਇਨਸਾਨ ਦੀ ਹਾਲਤ ਇਹੀ ਹੈ, ਹੋ ਕੀ ਰਿਹਾ ਹੈ ਜੀ? ਏਕ ਸਵਾਨ ਦੋਏ ਸਵਾਨੀ ਨਾਲ ਇੱਕ ਕੁੱਤਾ ਭੌਂਕਦਾ, ਦੋ ਕੁੱਤੀਆਂ ਭੌਂਕਦੀਆਂ ਨੇ, ਲੋਭ ਰੂਪੀ ਕੁੱਤਾ, ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ, ਭਲਕੇ ਭੌਂਕੇ ਸਦਾ ਬਿਆਲ। ਸਵੇਰੇ ਸ਼ੁਰੂ ਹੋ ਜਾਂਦੇ ਤੇ ਸਦਾ, ਇਹ ਤੇ ਹੁੰਦਾ ਨਾ ਤੁਹਾਡੇ ਗੁਆਂਢ ਵਿੱਚ ਕੁੱਤਾ ਭੌਂਕਦਾ ਹੋਵੇ, ਦਬਕਾ ਮਾਰੋ ਚੁੱਪ ਕਰਕੇ ਲੰਘ ਜਾਏਗਾ। ਬਾਬਾ ਜੀ ਕਹਿੰਦੇ ਸਦਾ ਬਿਆਲ, ਉਹ ਤੇ ਦਿਨ ਰਾਤ ਭੌਂਕ ਰਹੇ ਨੇ, ਕਈ ਵਾਰੀ ਤੇ ਅੱਖਾਂ ਵੀ ਬੰਦ ਹੁੰਦੀਆਂ ਨੇ ਤਾਂ ਵੀ ਭੌਂਕੇ ਜਾਂਦੇ, ਮੈਨੂੰ ਖਿਮਾ ਕਰਨਾ। ਗੁਟਕਾ ਸਾਹਿਬ ਹੱਥ ਵਿੱਚੋਂ ਹੁੰਦਾ ਕੁੱਤਾ ਤਾਂ ਵੀ ਅੰਦਰੋਂ ਲੋਭ ਵਾਲਾ ਭੌਂਕੀ ਜਾਂਦਾ ਹੈ, ਕੀਰਤਨ ਸੁਣਦਿਆਂ ਵੀ ਭੌਂਕਦਾ, ਕਥਾ ਸੁਣਦਿਆਂ ਮੇਰੇ ਵਰਗੇ ਗਾ, ਕਈ ਵਾਰੀ ਖਿਮਾ ਕਰਨਾ ਕਥਾ ਕਰਦਿਆਂ ਵੀ ਭੌਂਕਦਾ, ਕੀਰਤਨ ਕਰਦਿਆਂ ਵੀ ਭੌਂਕਦਾ। ਕਿੰਨੇ ਕੁ ਆਏ, ਕਿਸੇ ਨੇ ਰੱਖੇ ਨਹੀਂ ਰੱਖੇ ਕੀਰਤਨ ਕਰਦੇ ਨੂੰ ਪੈਸੇ, ਕਥਾ ਕਰਦਿਆਂ ਕੋਈ ਰੱਖ ਕੇ ਗਿਆ ਜਾਂ ਨਹੀਂ ਗਿਆ? ਬਸ ਇਨਸਾਨ ਇਹਦੇ ਵਿੱਚ ਹੀ ਲੱਗਿਆ ਹੋਇਆ। ਇਹ ਨਹੀਂ ਕਿ ਤੁਹਾਨੂੰ ਕਹਿ ਰਿਹਾ, ਮੈਂ ਵੀ ਵਿੱਚੇ ਇਨਕਲੂਡ ਆ, ਇਹ ਮੇਰੇ ਨਾਲ ਵੀ ਹੈ। ਹਾਂ, ਇਹਦੇ ਤੋਂ ਬਚਣ ਦਾ ਢੰਗ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ, ਤੱਤੈ ਤਾਰੂ ਭਵਜਲ ਹੋਵਾ। ਜਦੋਂ ਆਪਣੀ ਪੇਸ਼ ਨਾ ਚੱਲੇ, ਆਪਣੀ ਤਾਕਤ ਨਾ ਚੱਲੇ, ਯਤਨ ਨਹੀਂ ਕਰਨਾ ਚਾਹੀਦਾ ਕਿ ਆਪ ਨਦੀ ਵਿੱਚ ਵੜੀਏ, ਸਮੁੰਦਰ ਵਿੱਚ ਵੜੀਏ, ਫਿਰ ਉਡੀਕ ਲੈਣਾ ਚਾਹੀਦਾ
जहाज नू बेड़ी नू बैठी ओ दे विच ते पार लंघ जावांगे। सतगुरु ने बाणी विच क्या भी है, ज्यों पाखाण नाव चढ़ तरै, जिवें एक पत्थर नू सीधा पानी विच सुट्टोगे ते डुब जाएगा, उनू बेड़ी विच रखोगे ते ओ पार जा सकदा है। समंदरां पार तो पत्थर आउंदे ने, बिजनेस दे राही बहुत कुछ आउंदा है शिप दे विच ना जी। सतगुरु कहंदे ज्यों पाखाण नाव चढ़ तरै, प्राणी गुर चरण लगत निस्तरै, जे तू बचना है ते तू गुरु दे चरणां नाल जुड़ जा, नहीं ते वेखो किदां डोबदियां ने बंदे नू। लोभ ही है ना पराया तन तक के इंसान माड़ा कर्म कर जांदा है, सजा मिलदी है, कुकर्म कर देंदा है, पराया धन तक के मन विच लालच आउंदा है, चोरी कर जांदा है। दिन रात इस भवजल विच डुबदे हैं, सतगुरु कहंदे बचना कहना तत्तै तारू भवजल होवा, परमात्मा दा नाम जहाज है, कहंदे जे इस भवजल तो पार उतरना ते फिर तैनूं इस जहाज विच चढ़ना पैना, ते जहाज विच चढ़न लई सब तो पहला की करना पैंदा, वेखो इन्ना किते जतन करना पैना। हुण तुसीं टिकट कटा लई, टिकट बुक हो गई, भावें हवाई जहाज की भावें पानी वाले जहाज की, विचार लैना थोड़ा जा, ये तो नहीं तुहानू जहाज घर लैण वास्ते आऊगा, ये तो नहीं कि जहाज घर लैण वास्ते आऊगा, इन्ना क जतन ते तुहानू करना पैना, अपने घर तो एयरपोर्ट तक जाना पैना, अपने घर तो जे शिप विच भी जाना है ना पानी वाले बंदरगाह तक जाना पैना ना, जिथों चलते ने उत्थे तक ते जाना पैना, अगला काम ते जहाज दा ना, तुसी बह जाओ उड़ा के उन्हें लै जाने। सतगुरु भी कहंदे ने सरंजाम लाग भवजल तरन कै, जन्म बिरथा जात रंग माया कै। सरंजाम दे अर्थ किनारे, तू आ जा गुरु की संगत विच, सरंजाम लाग भवजल तरन के, जे एदे विचो बचना है ना फिर तैनू संगत विच आउना पैना कै। सरंजाम लाग भवजल तरन कै, नहीं ते की होवेगा, जन्म बिरथा जात रंग माया के, माया दे रंगा दे विच तेरा जन्म बेकार जा रहा है। बस स्टैंड ते ते जाना पैना, बस घरे लैण वास्ते नहीं आऊगी, उत्थे तक ते जाना पैना, अगला काम है सद संगत, बस वाले दा पायलट दा जिहड़ा सिप चलांदा है, पर उहदा काम है कि उह तुहानू लैके जाएगा। सतगुरु भी उही कह रहे ने तत्ते तारू भवजल होवा, परमात्मा का नाम जिहड़ा है ना वह जहाज है, तो तैनू उस जहाज विच सवार होना पैना है, तो इहदे विच सवार होने लई भी कुछ शर्तां हुंदियां ने। हवाई यात्रा करनी है ना जी, तुसीं अपने नाल कोई हथियार जां होर कोई चीज़ नहीं लैके जा सकते, कुछ तुहाडे डॉक्यूमेंट्स भी चाहिए ने तां चढ़ांगे। जे नाम रूपी जहाज विच भी चढ़ना है ना, सतगुरु कहंदे तैनू इत्थे भी कुछ कायदे कानून ने ना जेडे ओ अपनाउणे पैणगे। बाबा कबीर साहब जी नू कहंदे दीन दयाल भरोसे तेरे सब परिवार चढ़ाया बेड़ा। हुण परिवार दे अर्थ पता की, अज जेड़ा समा है ना जी, अज जिहड़ा समा कह जे आपां कहीए भी ना अपने बच्चों जां होर किसी नूं, उठ के भाई नाम जपया करो, भगती करिया करो, असीं कहिंदे अद्धी रात तक तो कम करदे हुंदे, सवेरे कद उठीए, सवेरे कद उठीए। बहुत सवाल होणगे, बहुत कुछ, कई बारी तो घरां विच झगड़े भी पैंदे ने। बाबा जी कहिंदे सज्जा खब्बा छड्ड दे, की करना है, दीन दयाल भरोसे तेरे, हे रब जी तुहाडे भरोसे दे उत्ते सब परिवार चढ़ाया बेड़े। अपना परिवार चढ़ाइए सब तो पहला, साडा परिवार, वो परिवार की है जी, साडे हाथ, साडे कान, साडियां अखां, साडी जीभ, ये साडा परिवार है। जीभ परिवार है ना जी, कोई भी चीज टेस्ट करके सानू दस दी किहो जी है। हाथ परिवार ने, हाथ परिवार है, तुहानू कोई तंगी होवे, किथे खारिश होंदी होवे परिवार वाले, जां किथे सट लग जावे, कोई परेशानी हो जावे, परिवार वाले ते बाद विच आउंदे ने, सब तो पहला तुहाडा हाथ ही उस थां ते जांदा है। अखां परिवार ने, अखां दुनिया वल तक के सानू दसदियां ने की कुछ है,
ਦਾਤਾ ਜੀ ਕਹਿੰਦੇ ਸਭ ਤੋਂ ਪਹਿਲਾਂ ਤੂੰ ਆਪਣਾ ਇਹ ਵਾਲਾ ਪਰਿਵਾਰ ਰੱਬ ਦੇ ਨਾਮ ਰੂਪੀ ਬੇੜੇ ਵਿੱਚ ਚੜਾਉਣਾ ਹੈ। ਇਹ ਕਿੱਦਾਂ ਚੜਨਗੀ ਜੀ? ਅੱਖਾਂ ਦੇ ਤੇ ਪੈਰ ਨਹੀਂ ਹੈਗੇ, ਕੰਨਾਂ ਦੇ ਵੀ ਪੈਰ ਨਹੀਂ ਹੈਗੇ, ਜੀਭ ਦੇ ਵੀ ਪੈਰ ਨਹੀਂ ਹੈਗੇ। ਇਹਨਾਂ ਨੂੰ ਚੜਾਉਣ ਦਾ ਅਰਥ ਇਹ ਹੈ ਕਿ ਅੱਖਾਂ ਦੇ ਨਾਲ ਮਾੜਾ ਤੱਕਣਾ ਜਿਹੜਾ ਹੈ ਨਾ ਉਹ ਬੰਦ ਕਰ ਦੇ, ਜ਼ਬਾਨ ਦੇ ਨਾਲ ਗਲਤ ਬੋਲਣਾ ਬੰਦ ਕਰ ਦੇ, ਹੱਥਾਂ ਦੇ ਨਾਲ ਕਿਸੇ ਦਾ ਮਾੜਾ ਕਰਨਾ ਬੰਦ ਕਰ ਦੇ, ਕੰਨਾਂ ਦੇ ਨਾਲ ਕਿਸੇ ਦਾ ਮਾੜਾ ਸੁਣਨਾ ਬੰਦ ਕਰ ਦੇ। ਆਈ ਹੈ ਉਸ ਬੇੜੇ ਵਿੱਚ ਚੜਾ, ਆ ਹੈ ਉਹ ਜਿਵੇਂ ਚੜ੍ਹਨਾ ਹੈ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜਾ, ਨਹੀਂ ਤੇ ਕਈ ਵਾਰੀ ਸਰੀਰ ਚੜ ਜਾਂਦੇ, ਮੈਨੂੰ ਖਿਮਾ ਕਰਨਾ, ਗਿਆਨ ਇੰਦਰੇ ਨਹੀਂ ਚ ਚੜਦੇ, ਫਿਰ ਰੋਲਾ ਪੈਂਦਾ ਜੀ, ਨਾਮ ਅੰਦਰ ਨਹੀਂ ਵੱਸਦਾ। ਵੇਖੋ ਨਾ, ਉੱਤੋਂ ਲਿਜਾ ਕੇ ਪਾਣੀ ਹੇਠਾਂ ਸੁੱਟਣਾ ਜਿਹੜਾ ਹੈ ਨਾ ਜੀ, ਬਹੁਤ ਸੁੱਖ ਹੈ, ਪਰ ਹੇਠਾਂ ਤੋਂ ਉੱਤੇ ਪਾਣੀ ਪਹੁੰਚਾਉਣਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਜ਼ਮੀਰ ਕਰਕੇ, ਕਿਰਦਾਰ ਕਰਕੇ ਡਿੱਗਣਾ ਬਹੁਤ ਸੌਖਾ ਹੈ, ਇੱਕ ਮਿੰਟ ਲੱਗਦਾ। ਮਾੜਾ ਕਰਮ ਕੀਤਾ ਨਹੀਂ, ਕਈ ਵਾਰੀ 50-50 ਸਾਲ ਦੀ, 25-25 ਸਾਲ ਦੀ ਇੱਜ਼ਤ ਖਤਮ ਹੋ ਜਾਂਦੀ ਹੈ। ਇੱਕ ਮਾੜਾ ਕੰਮ ਨਹੀਂ ਕੀਤਾ ਤੇ 25 ਸਾਲ ਲੱਗ ਜਾਂਦੇ ਨੇ ਇੱਜ਼ਤ ਬਣਾਉਣ ਨੂੰ, ਫਿਰ ਕਰਨਾ ਕੀ ਚਾਹੀਦਾ? ਵੇਖੋ, ਕਿਸੇ ਦਾ 3 ਮੰਜ਼ਿਲਾ ਘਰ ਹੋਵੇ ਨਾ, ਉੱਤੇ ਟੈਂਕੀ ਰੱਖੀ ਹੋਵੇ, ਜੇ ਉਸ ਟੈਂਕੀ ਦੇ ਵਿੱਚ ਪਾਣੀ ਚੜਾਉਣਾ ਹੈ ਨਾ, ਸਾਨੂੰ ਇੱਕ ਕੰਮ ਕਰਨਾ ਪੈਂਦਾ, ਥੱਲੜੀਆਂ ਜਿਹੜੀਆਂ ਟੂਟੀਆਂ ਚੱਲਦੀਆਂ ਪਈਆਂ ਨੇ ਨਾ, ਉਹਨਾਂ ਨੂੰ ਬੰਦ ਕਰਨਾ ਪਵੇਗਾ। ਥੱਲੇ ਜਿਹੜਾ ਪ੍ਰੈਸ਼ਰ ਜਾ ਰਿਹਾ ਨਾ, ਉਹਨੂੰ ਬੰਦ ਕਰਨਾ, ਥੱਲੇ ਵਾਲੀਆਂ ਟੂਟੀਆਂ ਬੰਦ ਹੋ ਜਾਣਗੀਆਂ, ਉੱਪਰ ਪਾਣੀ ਆਪਣੇ ਆਪ ਪਹੁੰਚ ਜੂਗਾ। ਆਹ ਜਿਹੜੀਆਂ ਸਾਡੀਆਂ ਅੱਖਾਂ, ਕੰਨ, ਹੱਥ, ਪੈਰ, ਇੱਥੇ ਟੂਟੀਆਂ ਖੁੱਲੀਆਂ ਪਈਆਂ ਨੇ ਨਾ, ਇਹ ਮਾੜਾ ਤੱਕਦੇ ਨੇ, ਇਹ ਮਾੜਾ ਬੋਲਦੇ ਨੇ, ਜ਼ਬਾਨ ਮਾੜਾ ਬੋਲਦੀ ਹੈ, ਕੰਨ ਮਾੜਾ ਸੁਣਦੇ ਨੇ, ਅੱਖਾਂ ਮਾੜਾ ਦੇਖਦੀਆਂ ਨੇ, ਇਹਨਾਂ ਟੂਟੀਆਂ ਨੂੰ ਬੰਦ ਕਰਨਾ। ਸੁਰਤ ਦੇ ਵਿੱਚ ਪਰਮਾਤਮਾ ਦੀ ਯਾਦ ਆਪਣੇ ਆਪ ਵੱਸ ਚੁੱਕੀ, ਉਹ ਅਸੀਂ ਕਰਨਾ ਨਹੀਂ ਚਾਹੁੰਦੇ। ਬਸ ਇਹ ਹੈ, ਕੁਝ ਦੇ ਪ੍ਰਗਟ ਹੋ ਜਾਂਦੇ ਨੇ ਕਰਮ, ਕਈਆਂ ਦੇ ਪ੍ਰਗਟ ਨਹੀਂ ਹੁੰਦੇ, ਅੰਦਰ ਖਾਤੇ ਵੀ ਕਰੀ ਜਾਂਦੇ ਨੇ। ਸਤਿਗੁਰੂ ਆਖਦੇ ਨੇ, ਤੱਤੈ ਤਾਰੂ ਭਵਜਲ ਹੋਵਾ, ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੈਨੂੰ ਇਹਨਾਂ ਭਾਵਨਾਵਾਂ ਦੇ ਜਲ ਚੋਂ ਬਚਾ ਸਕਦਾ ਹੈ। ਲੋਭ ਲਹਿਰ ਅਤ ਨੀਝਰ ਬਾਜੈ, ਭਗਤ ਨਾਮਦੇਵ ਜੀ ਕਹਿੰਦੇ ਕਾਇਆ ਡੂਬੈ ਕੇਸਵਾ। ਹੇ ਰੱਬ ਜੀ, ਲੋਭ ਦੀਆਂ ਲਹਿਰਾਂ ਇਹੋ ਜਿਹੀਆਂ ਜ਼ਬਰਦਸਤ ਨੇ ਨਾ, ਮੈਂ ਤੇ ਇਹਨਾਂ ਦੇ ਵਿੱਚ ਡੁੱਬਦਾ ਰਹਿੰਦਾ, ਕਦੇ ਡੁੱਬ ਜਾਂਦਾ, ਕਦੇ ਨਿਕਲ ਜਾਂਦਾ, ਕੰਮ ਖੋ ਜਾਂਦਾ, ਕਈ ਵਾਰੀ ਨਹੀਂ ਬਣਦਾ, ਇਹਦੇ ਵਿੱਚ ਹੀ ਲੱਗੇ ਹੁੰਦੇ ਹਾਂ। ਆ ਵੇਖੋ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਨਾ ਨਹੀਂ ਕੀਤਾ, ਚਲੇ ਗਏ ਮਸੀਤ ਵਿੱਚ। ਕਾਜੀ ਤੇ ਦੌਲਤ ਖਾਨ ਨਵਾਬ ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹੋ ਸਾਡੇ ਨਾਲ। ਸਤਿਗੁਰਾਂ ਨੇ ਕਿਹਾ ਠੀਕ ਹੈ। ਉਹ ਨਮਾਜ਼ ਪੜ੍ਹਦੇ ਨੇ, ਪਾਤਸ਼ਾਹ ਜੀ ਉਹਨਾਂ ਨੂੰ ਵੇਖ ਕੇ ਹੱਸਦੇ ਨੇ। ਬਾਅਦ ਵਿੱਚ ਕਿਸੇ ਦੱਸ ਦਿੱਤਾ, ਕਹਿੰਦੇ ਬਾਬੇ ਨੇ ਕਿੱਥੇ ਤੁਹਾਡੇ ਨਾਲ ਨਮਾਜ਼ ਪੜ੍ਹੀ? ਕਹਿੰਦੇ ਕਿਉਂ? ਕਹਿੰਦੇ ਤੇ ਹੱਸ ਰਿਹਾ ਸੀ, ਕਾਜੀ ਵੀ ਔਖਾ ਹੋਇਆ ਤੇ ਨਵਾਬ ਵੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਨੇ ਕਿਹਾ ਨਾ, ਕਹਿੰਦੇ ਨਵਾਬ ਜੀ, ਕਾਜੀ ਸਾਹਿਬ ਜੀ ਬੈਠਕਾਂ ਬਹੁਤ ਸੋਹਣੀਆਂ ਲਾਈਆਂ। ਉਹ ਦੇਖ ਕੇ ਹੈਰਾਨ, ਕਹਿੰਦੇ ਬੈਠਕਾਂ ਬਹੁਤ ਸੋਹਣੀਆਂ ਲਾਈਆਂ, ਡੰਡ ਬਹੁਤ ਸੋਹਣੇ ਮਾਰੇ ਤੁਸੀਂ? ਕਹਿੰਦੇ ਤੁਹਾਨੂੰ ਪਤਾ ਹੈ ਅਸੀਂ ਨਮਾਜ਼ ਪੜ੍ਹੀ ਹੈ, ਡੰਡ ਬੈਠਕਾਂ ਥੋੜ੍ਹੀਆਂ ਮਾਰੀਆਂ? ਕਹਿੰਦੇ ਨੇ ਨਹੀਂ, ਬੈਠਕਾਂ ਹੀ ਮਾਰੀਆਂ। ਉਹ ਕਿਵੇਂ ਕਹਿ ਸਕਦੇ? ਫਿਰ ਸਤਿਗੁਰੂ ਨੇ ਕਿਹਾ, ਨਵਾਬ ਜੀ ਤੁਸੀਂ ਤੇ ਕਾਬਲ ਵਿੱਚ ਘੋੜੇ ਖਰੀਦ ਰਹੇ ਸੀ, ਨਮਾਜ਼ ਵਿੱਚ ਹੈਗੇ ਸੀ ਤੁਸੀਂ? ਆ ਟੂਟੀ ਬੰਦ ਕਰਨੀ ਪੈਣੀ ਨਾ ਜੀ, ਤੁਸੀਂ ਨਮਾਜ਼ ਵਿੱਚ ਹੈਗੇ ਸੀ? ਕਾਜੀ ਕਹਿੰਦਾ ਚਲੋ, ਨਵਾਬ ਜੀ ਘੋੜੇ ਖਰੀਦ ਲਏ ਹੋਣਗੇ, ਮੈਂ ਤੇ ਹੈਗਾ ਸੀਗਾ ਨਾ, ਕਿ ਉਹਨੇ ਧਰਮ ਦਾ ਚੋਲਾ ਪਾਇਆ ਹੋਇਆ, ਮੈਂ ਤੇ ਹੈ ਸੀ, ਮੇਰੇ ਨਾਲ ਪੜ੍ਹ ਲੈਣੀ ਸੀ। ਸਤਿਗੁਰੂ ਕਹਿੰਦੇ ਤੁਸੀਂ ਵੀ ਤੇ ਘੋੜੀ ਦੀ ਬਛੇਰੀ ਦੇ ਮਗਰ ਦੌੜਦੇ ਪਏ ਸੀ, ਕਿੱਥੇ ਖੂਹ ਵਿੱਚ ਨਾ ਡਿੱਗ ਜਾਵੇ। ਕਾਜੀ ਨੂੰ ਵੀ ਜਵਾਬ ਨਹੀਂ ਆਇਆ। ਬਸ ਇੰਨਾ ਕੁ ਯਤਨ ਆਪਾਂ ਵੀ ਕਰ ਲਈਏ, ਇਹਨਾਂ ਦੋਹਾਂ ਨੇ ਕਬੂਲ ਲਿਆ ਸੀ, ਨਵਾਬ ਨੇ ਵੀ ਕਬੂਲ ਲਿਆ ਸੀਗਾ, ਮੈਂ ਸੱਚ ਹੈ ਨਮਾਜ਼ ਪੜ੍ਹਦਾ ਹੋਇਆ ਕਾਬਲ ਵਿੱਚ ਘੋੜੇ ਖਰੀਦਣ ਦੇ ਚੱਕਰ ਵਿੱਚ ਸੀ। ਕਾਜੀ ਨੇ ਵੀ, ਅਸੀਂ ਮੰਨ ਕੇ ਤਿਆਰ ਨਹੀਂ ਹੋਇਆ, ਤਾਂ ਹੀ ਬੇਨਤੀ ਪਹਿਲਾਂ ਕੀਤੀ। ਕੁਝ ਦੇ ਪ੍ਰਗਟ ਹੁੰਦੇ ਨੇ, ਕੁਝ ਦੇ ਪ੍ਰਗਟ ਨਹੀਂ ਹੁੰਦੇ। ਹੁਣ ਦੋਹੇ ਤੇ ਮੰਨ ਗਏ ਸੀਗੇ ਨਾ, ਤੇ ਜਿਹੜੇ ਮੰਨ ਜਾਂਦੇ ਨੇ ਉਹਨਾਂ ਦਾ ਰੋਗ ਕੱਟਿਆ ਜਾਂਦਾ, ਜਿਹੜੇ ਮੰਨ ਲੈਂਦੇ ਨਾ ਮੈਂ ਮਾੜਾ ਹਾਂ ਉਹ ਚੰਗਾ ਹੋ ਜਾਂਦਾ,
ਜਿਹੜਾ ਸਾਧ ਸੰਗਤ ਮਾੜਾ ਹੋਣ ਤੋਂ ਵੀ ਬਾਅਦ ਆਖੇ ਨਾ ਮੈਂ ਚੰਗਾ ਮੇਰੇ ਵਰਗਾ ਕੋਈ ਨਹੀਂ, ਸਮਝ ਲੈਣਾ ਬਰਬਾਦੀ ਦੇ ਰਾਹ ਤੇ ਤੁਰਿਆ ਬਚੂਗਾ ਕੋਈ ਨਹੀਂ। ਉਹਦੀ ਮੈਂ ਹੈ ਨਾ ਆਕੜ ਉਹਦੀ ਆਪ ਦੀ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਜੇ ਕਹਿੰਦੇ ਤੁਸੀਂ ਤਰਨਾ ਖੈ ਨਾ ਇਹਨਾਂ ਭਾਵਨਾਵਾਂ ਦੇ ਜਲ ਚੋਂ, ਵੇਖੋ ਇਹ ਸੱਚ ਖੈ ਖਿਮਾ ਕਰਨਾ, ਗੁਟਕਾ ਸਾਹਿਬ ਫੜ ਕੇ ਮਾਲਾ ਫੜ ਕੇ ਵੀ ਆਪਾਂ ਡੁੱਬ ਹੀ ਜਾਂਦੇ ਹਾਂ, ਕਦੇ ਕਿੱਥੇ ਸੁਰਤ ਭੱਜਦੀ ਹੈ। ਕਿਉਂ ਬਾਬਾ ਜੀ ਕਹਿੰਦੇ ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਕਹਿੰਦੇ ਇਹ ਮਨ ਇਹੋ ਜਿਹਾ ਹੈ ਜਿਵੇਂ ਪੰਛੀ ਹੁੰਦਾ, ਪੰਛੀ ਕਦੇ ਕਿਸੇ ਡਾਲ ਤੇ ਕਦੇ ਕਿਸੇ ਡਾਲ ਤੇ ਵੀ ਦਈ ਕਰਦਾ ਹੈ। ਫਿਰ ਕਰੀਏ ਕੀ ਜੀ? ਕਹਿੰਦੇ ਇਹਨੂੰ ਨਾਮ ਰੂਪੀ ਬੇੜੇ ਵਿੱਚ ਚਾੜ ਦਿਓ, ਤੇ ਚੜ੍ਹਨ ਦੀਆਂ ਸ਼ਰਤਾਂ ਆਪਾਂ ਵਿਚਾਰ ਚੁੱਕੇ ਹਾਂ। ਆਪਣੀ ਮਰਜ਼ੀ ਨਹੀਂ ਨਾ ਚੱਲੂਗੀ, ਉਹਨਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਨੇ ਸੀਟ ਦਿੱਤੀ ਉੱਥੇ ਬੈਠਣਾ ਪੈਣਾ ਹੈ। ਜਾਂ ਜਿਸ ਹਿਸਾਬ ਨਾਲ, ਚਲੋ ਕਈ ਵਾਰੀ ਪੈਸੇ ਦੇ ਕੇ ਚੰਗੀ ਵੀ ਲੈ ਲੈਂਦੇ ਹਾਂ, ਪਰ ਜਿਹੜੇ ਰੂਲ ਨੇ ਉਹਨਾਂ ਨੂੰ ਤਾਂ ਫੋਲੋ ਕਰਨਾ ਪੈਣਾ। ਸਤਿਗੁਰੂ ਕਹਿੰਦੇ ਧਰਮ ਦੀ ਦੁਨੀਆਂ ਦੇ ਵਿੱਚ ਜੇ ਆਉਣਾ ਹੈ ਨਾ, ਰੱਬੀ ਪ੍ਰੇਮ ਨੂੰ ਪ੍ਰਾਪਤ ਕਰਨਾ ਪੈਣਾ, ਤਾਂ ਫਿਰ ਤੈਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਅਗਲਾ ਵਚਨ ਕਹਿੰਦੇ ਨੇ ਤਾਕਾ ਅੰਤ ਨਾ ਪਾਇਆ, ਪਰਮਾਤਮਾ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਵੇਖੋ ਹਰ ਇੱਕ ਜਹਾਜ਼ ਦੀ ਨਾ ਕਪੈਸਿਟੀ ਹੈਗੀ, ਭਾਵੇਂ ਏਰੋਪਲੇਨ ਹੈ, ਹਵਾਈ ਜਹਾਜ਼ ਹੈ, ਭਾਵੇਂ ਪਾਣੀ ਵਾਲਾ ਹੈ, ਭਾਵੇਂ ਕਿ ਸਭ ਸੰਗਤ ਇੱਕ ਬੱਸ ਹੈ, ਵਿਚਾਰਨਾ ਨਾ ਕਦੇ ਉਹਨਾਂ ਦੀ ਇੱਕ ਸੀਮਿਤ ਸੀਮਿਤ ਜਗ੍ਹਾ ਹੈ, ਉਨੇ ਬੰਦੇ ਹੀ ਬਹਿ ਸਕਦੇ, ਉਹਦੇ ਤੋਂ ਵੱਧ ਉਹ ਬਿਠਾਉਂਦੇ ਵੀ ਨਹੀਂ। ਉਹ ਕਹਿੰਦੇ ਬੈਲੈਂਸ ਖਰਾਬ ਹੋ ਸਕਦਾ, ਪਰ ਪਰਮਾਤਮਾ ਦਾ ਨਾਮ ਰੂਪੀ ਜਹਾਜ਼ ਜਿਹੜਾ ਹੈ ਨਾ, ਉਹਦੀ ਸੀਮਾ ਕੋਈ ਨਹੀਂ। ਭਾਵੇਂ ਸਾਰੀ ਦੁਨੀਆ ਚੜ੍ਹ ਜਾਵੇ, ਸਾਰੀ ਦੁਨੀਆ ਹੀ ਪਾਰ ਲੰਘ ਜਾਊਗੀ। ਸਾਰੀ ਦੁਨੀਆ ਚੜ੍ਹ ਜਾਵੇ, ਸਾਰੀ ਦੁਨੀਆ, ਸੰਸਾਰ ਦੇ ਜਹਾਜ਼ ਜਿਹੜੇ ਨੇ ਉਹਨਾਂ ਦੀ ਕਪੈਸਿਟੀ ਹੈਗੀ ਹੈ, ਪਰਮਾਤਮਾ ਦਾ ਨਾਮ ਰੂਪੀ ਜਹਾਜ਼ ਜਿਹੜਾ ਹੈ ਨਾ ਜੀ, ਉੱਥੇ ਤੇ ਭਾਵੇਂ ਸਾਰੀ ਦੁਨੀਆ ਚੜ੍ਹ ਜਾਵੇ। ਤਾਂ ਹੀ ਸਤਿਗੁਰੂ ਨੇ ਕਿਹਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਜਿਹੜੇ ਜਿਹੜੇ ਵੀ ਜਪ ਲੈਣਗੇ ਸਾਰੇ ਪਾਰ ਉਤਰ ਜਾਣਗੇ। ਇਹ ਨਹੀਂ ਕਿ ਜੀ ਹੁਣ ਬੱਸ ਫੁੱਲ ਹੋ ਗਈ, ਹੁਣ ਨਹੀਂ ਇਹਦੇ ਵਿੱਚ ਬੰਦੇ ਆਣੇ। ਸਤਿਗੁਰੂ ਕਹਿੰਦੇ ਨੇ ਤਾਕਾ ਅੰਤ ਨਾ ਪਾਇਆ, ਰੱਬ ਦਾ ਨਹੀਂ ਅੰਤ ਕੋਈ ਪਾ ਸਕਦਾ, ਨਾ ਤਰ ਨਾ ਤੁਲਖਾ। ਆਖ ਦੇਣਾ ਚਾਹੀਦਾ ਖੇ ਰੱਬ ਜੀ, ਨਾ ਤੇ ਸਾਡੇ ਕੋਲੇ ਬੇੜੀ ਹੈ, ਨਾ ਆਉਂਦੀ ਸਾਨੂੰ ਚਲਾਉਣੀ, ਨਾ ਤਰ ਨਾ ਤੁਲਖਾ। ਹਮ ਬੂਡਸ, ਅਸੀਂ ਤੇ ਆਪਣੇ ਕਰਮਾਂ ਕਰਕੇ ਡੁੱਬਣ ਲੱਗੇ ਹਾਂ। ਤਾਰ ਲੇਹੇ ਤਾਰਨ ਰਾਇਆ, ਹੇ ਤਾਰਨ ਵਾਲੇ ਰੱਬ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਤਾਰ ਲਵੋ। ਤਾਰ ਲੇ ਤਾਰਨ ਰਾਇਆ, ਰੱਬ ਜੀ ਤੁਸੀਂ ਦੁਨੀਆਂ ਨੂੰ ਤਾਰਨ ਵਾਲੇ ਹੋ, ਕਿਰਪਾ ਕਰਕੇ ਸਾਨੂੰ ਵੀ ਤਾਰ ਲਓ। ਕਿਉਂ? ਸਾਨੂੰ ਜਹਾਜ਼ ਵਿੱਚ ਤੇ ਬੈਠਣਾ ਆਉਂਦਾ, ਸਾਨੂੰ ਪਾਣੀ ਦੇ ਜਹਾਜ਼ ਵਿੱਚ ਵੀ ਬੱਸ ਵੀ ਚਲਾ ਲੈਂਦੇ ਹਾਂ, ਆਹ ਜਿਹੜਾ ਨਾਮ ਰੂਪੀ ਜਹਾਜ਼ ਹੈ ਇਹ ਹੈ ਵੀ ਤੁਹਾਡੇ ਕੋਲ, ਇਹਦੇ ਵਿੱਚ ਬਿਠਾਓਗੇ ਵੀ ਤੁਸੀਂ, ਟਿਕਟ ਵੀ ਤੁਸੀਂ ਦੇਣੀ ਹੈ, ਨਾਲੇ ਸਾਡੇ ਕੋਲ ਨਹੀਂ ਕਹਿ। ਅਸੀਂ ਸੰਸਾਰ ਤੋਂ ਤੇ ਤਰਨਾ ਜਾਣਦੇ ਹਾਂ, ਵਿਕਾਰਾਂ ਦੇ ਵਿੱਚ ਤੇ ਅਸੀਂ ਫਸ ਜਾਂਦੇ ਹਾਂ ਨਾ। ਤਾਂ ਹੀ ਤੇ ਕਿਹਾ ਸੀਗਾ ਬਾਬਾ ਨਾਮਦੇਵ ਜੀ ਨੇ, ਮੈਂ ਅਜਾਨ ਜਨ ਤਰਵੇ ਨਾ ਜਾਣੂ। ਹੇ ਰੱਬ ਜੀ ਮੈਂ ਅਜਾਨ ਹਾਂ, ਮੈਨੂੰ ਨਹੀਂ ਤਰਨ ਆਉਂਦਾ। ਮੂੰਹ ਕੋ ਬਾਂਹ ਦੇ ਬਾਪ ਬੀਠਲਾ, ਐਂ ਕਰ ਮੈਨੂੰ ਆਪਣੀ ਬਾਂਹ ਫੜਾ ਦੇ, ਮੈਂ ਰੱਬ ਜੀ ਤੁਹਾਡੀ ਬਾਂਹ ਫੜ ਕੇ ਤਰ ਜਾਵਾਂਗਾ। ਹੋ ਮੈਂ ਅਜਾਨ ਜਨ ਤਰਵੇ ਨਾ ਜਾਣੂ, ਮੈਂ ਤੇ ਅਣਜਾਣ ਹਾਂ, ਮੈਨੂੰ ਨਹੀਂ ਤਰਨ ਆਉਂਦਾ, ਤੁਸੀਂ ਕਿਰਪਾ ਕਰਕੇ ਬਾਂਹ ਫੜਾ ਦਿਓ। ਨਾ ਤਰ ਨਾ ਤੁਲਖਾ, ਰੱਬ ਜੀ ਨਾ ਸਾਡੇ ਕੋਲ ਬੇੜੀ ਕਹਿ, ਨਾ ਬੇੜੀ ਚਲਾਉਣ ਦਾ ਸਾਨੂੰ ਕੋਈ ਵਲ ਕਹਿਗਾ। ਹਮ ਬੂਡਸ, ਅਸੀਂ ਤੇ ਡੁੱਬ ਜਾਣਾ ਕਹਿ। ਤਾਰ ਲੇਹੇ ਤਾਰਨ ਰਾਇਆ, ਹੇ ਸੰਸਾਰ ਨੂੰ ਤਾਰਨ ਵਾਲੇ ਰੱਬ ਜੀ ਕਿਰਪਾ ਕਰੋ ਸਾਨੂੰ ਵੀ ਤਾਰ ਲਓ। ਤੇ ਹੋਈ ਨਹੀਂ ਸਕਦਾ ਕਿ ਉਹ ਨਾ ਤਾਰੇ, ਹੋਈ ਨਹੀਂ ਸਕਦਾ। ਸੰਸਾਰੀ ਮੁਕਰ ਜਾਣਗੇ, ਉਹ ਨਹੀਂ ਜੇ ਮੁਕਰਦਾ, ਵੱਡੀ ਗੱਲ ਹੈ ਤੁਸੀਂ ਸਮਰਪਿਤ ਹੋ ਕੇ ਬਹਿ ਜਾਣਾ। ਮੈਂ ਤੇ ਹੈਰਾਨ ਹੁੰਦਾ ਕਈ ਵਾਰੀ ਜਦੋਂ ਸਵਾਲ ਹੁੰਦੇ ਨੇ ਜੀ, ਕੀ ਹੋਵੇਗਾ ਨਾਮ ਜਪ ਕੇ, ਕੀ ਹੋਵੇਗਾ ਭਗਤੀ ਕਰਕੇ, ਪਾਰ ਉਤਰਾਂਗੇ ਵੀ ਜਾਂ ਨਹੀਂ। ਜਹਾਜ਼ ਵਿੱਚ ਬਹਿ ਕੇ ਕਦੇ ਪਾਇਲਟ ਨੂੰ ਪੁੱਛ ਦਿਓ ਕਿ ਸਾਨੂੰ ਇੱਥੋਂ ਇੰਡੀਆ ਤੋਂ ਕੈਨੇਡਾ ਪਹੁੰਚਾ ਦੇਗਾ, ਕਦੇ ਵੀ ਨਹੀਂ, ਬਹਿ ਜਾਂਦੇ ਚੁੱਪ ਕਰਕੇ। ਜਿਵੇਂ ਜਿਵੇਂ ਏਅਰ ਹੋਸਟੇਸ ਆ ਕੇ ਕਹਿੰਦੀ ਹੈ ਬੈਲਟ ਲਾ ਲਓ, ਐਂ ਬੈਲਟ ਲਾ ਲਈ, ਆ ਨਹੀਂ ਕਰਨਾ, ਇਹਨੇ ਐਂ ਬਿਲਕੁਲ ਮੰਨਦੇ ਹਾਂ, ਕਦੇ ਪਾਇਲਟ ਨੂੰ ਨਹੀਂ ਪੁੱਛਿਆ ਸਾਨੂੰ ਪਹੁੰਚਾ ਦੇਗਾ।
ट्रेन वाले ड्राइवर नू नहीं पुछया, जहाज वाले नू नहीं पुछया। जे इन्हां लोकां ते आम सधारण बंदियां ते इन्ना विश्वास है, जे इन्हां ने बिठाया ते सानू कैनेडा पहुँचा देणगे, ट्रेन ए थां तो वह थां पहुँचा दूगी, वह ते सत संगत परमात्मा अकाल पुरख वाहिगुरु सच्चा सतगुरु है। जे सधारण बंदा सत संगत उहदे ते विश्वास इन्ना है, गुरु दे उत्ते ते इहदे नालों चौगुणा होना चाहीदा सी। उधर नू नहीं साडा विश्वास है, खिमा करना मैनू। कई बारी ओदे ते साडा विश्वास है, जिहड़ा मरे तो बाद चार मंत्र पढ़ के कहिंदा जी पुजा दित्ता तुहाडा बंदा सचखंड नूं, मेरे वर्गे ते भी है जिहड़ा अरदास विच कह दिंदा है जी अपने चरणा विच निवास बख्शिश करना। ना दाता जी कहिंदे निवास बख्शना जां ना बख्शना वो तेरे कर्मां ते डिपेंड करदा है, अपन हत्थी अपना आपे ही काज सवारीए, ये काम तू आप करना कै, होर कोई थोड़ी करेगा। हाँ प्रबंध तू कर ले, बह जा बेड़ी बिच, तू बैठेगा तू भी पहुंच जाएगा, जेड़ा नहीं बैठूगा। कई तो ना वो स्टेशन के किनारे खलो के देखते होंगे ने, पूछ भी लेंदे आ ट्रेन किधर जाती है, कई फिर उत्थे काम लंघ जाता है, कोले खलोते ही ना, जे पहुंचना है कितने तो फिर तो चढ़ना पेगा ना, पुछ गिछ वाला काम नहीं क्या, इतने तो चढ़न वाला है। अगला बचन कहते सतगुरु थत्थै थान थनंतर सोई, जा का किया सब होवा। थत्था अखर ये प्रेरणा देंदे थान थनंतर, थान धरती, थन अंतर, ये धरती दे थले हर थां ते सोई ओ अकाल पुरख वाहिगुरु हर थां ते है। जा का किया सब होवा, जिहदा किता होया इस दुनिया दे विच घट रहा है, ओहदा किता ही सब कुछ हो रहा है। असद संगत दिन दा होना रात दा होना बिचारी ते कदे बंदा कहंदा जी मेरे करके हो रहा, नहीं जदो साडे करके हुंदा ना, रोज खबरां छपियां हुंदियां ने, अज गड्डी इधर दी इधर बजी, हुण इहना कह लैणा कि रब ने बजवाई गड्डी, रब ने कहा सीगा शराब पी रज के ते फिर जाके मार, नहीं रब दी बनाई कोई चीजां कदे आपस विच टकरांदियां ने। कदे सुनिया तुसी सूरज ते चंद्रमा आपस विच टकरा गए जी, बहुत बड़ा नुकसान होया, दो तारे आपस विच टकराए उन्हां दा बहुत बड़ा एक्सीडेंट होया, कदे नहीं। क्यों? वह परमात्मा दे हुक्म दे विच ने, भै विच पवन वह सदवाओ, भै विच चलें लख दरियाओ, परमात्मा दे हुक्म विच ने, असी हुक्म तो बाहर होए इस करके दुख भोग रहे हां। इसलिए जाका किया सब होवा, ओदा किता ही हो रहा है, आपां ओदे पैदा किते हुए हाँ, ताई मेरे वर्गा सद संगत इत्थे बोल रहे, तुसी सुन रहे को, नौकरी ते जांदे कोई अफसर है, कोई सद संगत पियन प्यौन है, जिहड़ा चपड़ासी है, यह सब कुछ ओदा किता हुआ है, उन्हें ही बनाए ने। क्या भरम क्या माया कही है, जो तिस भावे सोई भला। कहिंदे इह जिहड़े भरम ने ना, इह जिहड़ी माया दी भी आपां गल करदे हाँ, परमात्मा ने इह दुनिया दे विच माया पैदा कीती सी सहायक बन सके साडी, पर जिहड़ा हुण साध संगत दिन रात माया दे विच ही फसिया पिया ना, उहदे लई रब की करूगा, विचारना कदे। भरम है की? भरम है कि मैं कुछ खां, मेरा करके कुछ हो रहा है, परमात्मा ने ते बनाया सी ना तेनू, हुण तू भरम पाल के बह जावे कि मेरे तो बिना काम चलना ही नहीं है। सतगुरु आखदे फिर पाली चल, रब नूं थोड़ी फर्क पै रहा तेरे भरम पाले तो, कि मेरा करके कुछ होवेगा। क्या भरम क्या माया कही है, कहिंदे किस नूं भरम आखां किस नूं माया कहां, जो तिस भावै सोई भला। जो रब नूं चंगा लगदा है साडे लई ओही चंगा है, जो सानू चंगा लगदा वह साडे लई चंगा नहीं है। जो सानू चंगा लगदा है ना, खिमा करना, वह साडे लई चंगा नहीं है। परेशानी एक है, इंसान जो कुछ आप सोचदा है ये उन्हूं ठीक मन्नी जांदा है, ताई ते सतगुरु ने क्या कहिंदे, काच विहाजन कंचन छोड़न, काच विहाजन कंचन छोड़न। उस मूर्ख बारे कहिंदे तुसी की आखोगे, सतगुरु की दे बारे, काच विहाजन जिहड़ा कच दे टोटे कट्ठे करदा होवे, ते कंचन छोड़न सोने दियां मोहरां नूं सोने दे गहिणियां नूं ठोकर मारदा होवे,
दुनियादार पता उन्हों की आखणगे, ये मेंटली डिस्टर्ब है, यदा दिमाग ठीक नहीं है, पागल कहणगे उन्हों। सामने सौना पिया, सौने नूं ऐ ठोकर मार के परां कर देंदा है, ते सत संगत कच दियां बोरियां भरी जांदा है। दाता जी कहिंदे इंसान इदां ही कर रहा है, कच्ची माया दियां बोरियां भर रहा है, बहुत कुछ इकट्ठा कर रहा है। कंचन छोड़न परमात्मा दा नाम सौने वर्गा उन्हों छड़ी जांदा है। ताई क्या जो छड़ना सो अस्थिर कर माने, जो होवन सो दूर पराने, छोड़ जाए तिस का श्रम करे, संग सहाई तिस पर करे। ते पता फिर उपाधि की दिती, कहिंदे चंदन लेप उतारे धोए, गर्दब प्रीत भसम संग होए। कहिंदे ये काम खोते वाला है, खोते नूं कहिंदे चंदन ला दो, चंगी तरह नुवा दो, उन्हें पता की करना, नुवा धुआ के उन्हें बिठा दो, उन्हें जाके कहिंदे मिट्टी दे विच ना धूड़ दे विच ही लोटनियां लाउणियां ने, जिन्ना मर्जी साफ किया। कहिंदे इंसान भी यही कुछ कर रहा है, रब नूं छड़ के तुरिया किस पास। वेखो ना कमाउण तो मना किया है, दुबारा बेनती दोहरा दवां, कमाण तो नहीं मना किया, सतगुरु कहिंदे कमा, पर ए ना ना होवे एदे जोगा ही रह जावे। ए गल भी ध्यान विच रख के चली, अवर करतूत सगली जम डाने, गोबिंद भजन बिन तिल नहीं मन। सतगुरु कहिंदे क्या भरम क्या माया कही है, कहिंदे तू किहड़े भरमां दे चक्कर विच पिया, किहड़ी माया दे चक्कर विच पिया है। हो पासे जो तिस भावै सोई भला, जो परमात्मा नूं चंगा लगदे तेरे लई ओ चंगा है। ओ कर्म उत्ते ध्यान दे, ओ भगती वल चल, ओ तेरे लई चंगा है। इहदे लई फिर आपां पिछे पढ़ आए हां, इहदे लई की करना पैणा जी, सानू अपनी सियाणप छड्डनी पैनी है, ताई ते आपां भला मन्नांगे ना, नहीं ते इंसान ते कह रहा है मेरे लई ते यही ठीक है, पर सतगुरु कहिंदे ने नहीं। प्यो नूं पता हुंदा है पुत नूं की दबाउणा है, प्यो नूं पता हुंदा है। कई बारी ते बच्चा इह कुछ जिद करके बह जांदा है, मैं ही चीज़ लैणी, प्यो नहीं दबाउंदा, पता है प्यो नूं, कारण की है, ये लैके का नुकसान भी हो सकता है, ये लैके का नुकसान भी हो सकता है। हुण ते खिडौणिया ते लिखिया आउण लग पिया ना, किन्नी साल दे जां किन्नी उम्र वाले बच्चे लई किहड़ा खिडौना है, उह लिख के रखदे ने, प्यो ते पढ़ लैंदा, बच्चे नूं पढ़ना नहीं आउंदा। बच्चा कहिंदा मैं ते यही लैणा है, यही लैणा है, प्यो कहिंदा नहीं पुत तेरे लई ठीक नहीं है। हुण बच्चे नूं शायद यह लगदा होवे कि मेरा बापू मैनूं दबाणा नहीं चाहुंदा, पर बापू नूं पता है कि इहदे लई ठीक नहीं है। गुरु नूं भी पता है कि मेरे सिख दे लई की ठीक है ते की ठीक नहीं है। गुरु ते खोड़दा है, गुरु मना करदा है, सतगुरु सानू रोकदे ने, पर आपां कहने आ की लैणा है, जो कुछ मन करदा है वह करिए। सतगुरु फिर कहिंदे अपने भाणे जो चले भाई विछड़, चोटा खावे तू अपनी मर्जी करेगा। हुण ते फिर मर्जी तेरी है, करी चलना, अपनी मर्जी तेनू तंग करेगी, ते गुरु की मर्जी। सतगुर कै भाणे जो चले विच बोहित बैठा आए, जिहड़ा गुरु के हुक्म विच चलेगा, समझ लेना वह गुरु के नाम रूपी जहाज विच सवार हो जाएगा। फिर आओ जतन करिए। दाता जी ने अज इन्हां दोहां तत्ते ते थत्ते अखर दे राही यही समझाया है, परमात्मा का नाम जहाज है, उहदे विच जिहड़े सवार हो जाणगे। बतेरे जहाज खड़े ने जी, कई धर्म ने, मैनू इन्ना पता है बाबे नानक दा जहाज खड़ता है सिखा तेरे लिए, तू चढ़ेगा तो गरंटी भी है बाबे ने पार जरूर ला देना। खलोते तो बहुत ने, बहुत कुछ खलोता है, मैं पार लंघा दंगा मैं। सतगुरु कहिंदे ने नहीं, गुर जहाज खेवट गुरु, गुर बिन तरिया ना कोए, गुर प्रसादी प्रभ पाई है, गुर बिन मुकत ना कोई। आओ फिर जतन करिए, गुरु दे लड़ लग के गुरु दसे मार्ग दे पांधी बनीए। इन्नियां बेनतियां प्रवान कर लेनियां, पातशाह जी कृपा करन, आप सभनां नूं नाम दियां दातां बख्शिशन, गुरफतेह दी सांझ करो प्यार नाल, सारे आखो जी वाहिगुरु जी का खालसा वाहिगुरु जी की फतेह।